गुड मॉर्निंग स्टूडेंट्स, मैं तुहाडी समाजिक विज्ञान की अध्यापका कमलदीप कौर। अज असी पाठ नंबर 2 समाजिक विज्ञान ग्लोब धरती का मॉडल की दोहराई करांगे। बेटा साडी धरती जिहड़ी आ इह वड्डा सारा गोला है, इहनूं धरत गोला भी कहिंदे आ। भावें कि बिल्कुल गेंद वांग गोल नहीं है, सिरियां तों चपटी है, इस करके ग्लोब धरती का बिल्कुल सही मॉडल है। ग्लोब देखो बेटा, तुसी देख रहे हो ग्लोब विच सानू महाद्वीप अते महासागर दिखाई देंदे हन। इस तो इलावा इहदे उत्ते सानू कुछ रेखावां भी दिखाई देंदियां हन। तस्वीर विच तुसी देख रहे हो कि भूरे रंग दा जो हिस्सा है ओह महाद्वीप हन अते नीले रंग दा जो हिस्सा है ਉਹ ਮਹਾਸਾਗਰ ਹਨ। ਗਲੋਬ ਦੇ ਉੱਪਰਲੇ ਸਿਰੇ ਦੇ ਉੱਤੇ ਸਾਨੂੰ ਪੇਚ ਦਿਖਾਈ ਦਿੰਦੇ ਹਨ। ਉੱਪਰ ਵਾਲੇ ਨੂੰ ਅਸੀਂ ਉੱਤਰੀ ਧਰੋਵ ਅਤੇ ਨੀਚੇ ਵਾਲੇ ਪੇਚ ਨੂੰ ਅਸੀਂ ਦੱਖਣੀ ਧਰੋਵ ਕਹਿੰਦੇ ਹਾਂ। ਸਾਡੀ ਧਰਤੀ ਉੱਪਰੋਂ ਧਰੁਵਾਂ ਤੋਂ ਚਪਟੀ ਹੈ। ਭੂਮਦ ਰੇਖਾ ਸਾਡੀ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ। ਉੱਪਰਲੇ ਭਾਗ ਨੂੰ ਉੱਤਰੀ ਅਰਧਗੋਲਾ ਅਤੇ ਥੱਲੜੇ ਭਾਗ ਨੂੰ ਦੱਖਣੀ ਅਰਧਗੋਲਾ ਕਿਹਾ ਜਾਂਦਾ ਹੈ। ਭੂਮਧ ਰੇਖਾ ਇੱਕ ਕਲਪਿਤ ਰੇਖਾ ਆ ਜੋ ਕਿ ਵਿਗਿਆਨੀਆਂ ਦੁਆਰਾ ਬਣਾਈ ਗਈ ਹੈ। ਇਸ ਤੋਂ ਇਲਾਵਾ ਕੁਛ ਪ੍ਰਮੁੱਖ ਵਿਥਕਾਰ ਵੀ ਹਨ, ਜਿਵੇਂ ਕਰਕ ਰੇਖਾ ਅਤੇ ਮਕਰ ਰੇਖਾ। ਕਰਕ ਰੇਖਾ ਸਾਡੇ ਵਾਸਤੇ ਤਾਂ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਦੇ ਵਿੱਚੋਂ ਦੀ ਹੋ ਕੇ ਗੁਜ਼ਰਦੀ ਹੈ। ਗਲੋਬ ਉੱਪਰ ਇਹਨਾਂ ਵਿਥਕਾਰਾਂ ਅਤੇ ਲੰਬਕਾਰਾਂ ਦਾ ਇੱਕ ਜਾਲ ਵਿਛਿਆ ਹੋਇਆ ਹੈ ਜਿਨ੍ਹਾਂ ਨੂੰ ਅਸੀਂ ਗ੍ਰਿੱਡ ਕਹਿੰਦੇ ਹਾਂ। ਉੱਤਰੀ ਸਿਰੇ ਤੋਂ ਦੱਖਣੀ ਸਿਰੇ ਤੱਕ ਆਉਣ ਵਾਲੀਆਂ ਲਾਈਨਾਂ ਨੂੰ ਲੰਬਕਾਰ ਕਿਹਾ ਜਾਂਦਾ ਹੈ, ਜਿਹਦੇ ਵਿੱਚ ਇੰਗਲੈਂਡ ਵਿੱਚੋਂ ਗੁਜ਼ਰਦੀ ਹੋਈ ਜਿਹੜੀ ਲਾਈਨ ਥੱਲੇ ਦੱਖਣ ਤੱਕ ਆਉਂਦੀ ਹੈ ਉਸ ਨੂੰ ਮੁੱਖ ਮਾਧਿਅਮ ਰੇਖਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਪੂਰਬ ਤੋਂ ਪੱਛਮ ਵੱਲ ਗੁਜ਼ਰਦੀਆਂ ਰੇਖਾਵਾਂ ਨੂੰ ਵਿਥਕਾਰ ਰੇਖਾਵਾਂ ਕਿਹਾ ਜਾਂਦਾ ਹੈ। ਇਹ ਲਾਈਨਾਂ ਆਪਸ ਵਿੱਚ ਸਮਾਂਤਰ ਚੱਲਦੀਆਂ ਹਨ। ਸਮਾਂਤਰ ਦਾ ਮਤਲਬ ਕਿ ਇਹ ਕਦੀ ਵੀ ਇੱਕ ਦੂਜੇ ਨੂੰ ਕੱਟਦੀਆਂ ਨਹੀਂ। ਇਹਨਾਂ ਲਾਈਨਾਂ ਤੋਂ ਬਣੇ ਜਾਲ ਨੂੰ ਗ੍ਰਿੱਡ ਕਿਹਾ ਜਾਂਦਾ ਹੈ। ਬੇਟਾ ਤੁਹਾਡੀ ਕੱਲ੍ਹ ਦੀ ਅਤੇ ਅੱਜ ਦੀ ਅਸਾਈਨਮੈਂਟ ਵੀ ਇਸੇ ਨਾਲ ਸੰਬੰਧਿਤ ਸੀ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਟੌਪਿਕ ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ। ਕੱਲ੍ਹ ਅਸੀਂ ਇਹਦੇ ਵਿੱਚੋਂ ਟੈਸਟ ਲਵਾਂਗੇ।